ਸਪਲੈਂਡਰ ਮੋਟਰਸਾਈਕਲ ਲਈ ਪਾਤੀ ਤੇ ਟੈਂਕੀ ਵਾਲੇ ਗਏ ਤੇ ਪਿਸਤੌਲ ਹੀ ਉਹਨਾਂ ਕੋਲ ਰਾਤੀ ਉਹ ਇਹ ਰਾਤੀ ਉਹ ਤੇਲ ਪਾਉਣ ਆਏ ਸਾਡੇ ਤੋਂ ਪਹਿਲਾਂ ਐਕਟਿਵਾ 'ਚ ਤੇਲ ਪਾਇਆ ਫਿਰ ਉਹਨਾਂ ਘੇਰਾ ਘੇਰਾ ਕੱਢਿਆ ਵੇਖਿਆ ਆਸਾ ਪਾਸਾ ਫਿਰ ਆਣ ਕੇ ਪਿਸਤੌਲ ਰੱਖ ਲਿਆ ਕੰਨ ਦੇ ਉਹਦਾ ਜੋ ਹੈਗਾ ਕੱਢ ਦਿਓ ਕਿੰਨੇ ਪੈਸੇ ਦੀ ਲੁੱਟ ਹੋਈ 26,380 ਰੁਪਏ ਤੂੰ ਐਕਟਿਵਾ ਦੀ ਖੋਹ ਕਰਕੇ ਪੱਧਰੀ ਤੋਂ ਫਿਰ ਆਉਂਦੇ ਹੋਏ ਉਹ ਸੋਰਸਿੰਗ ਲਾਗੇ ਜਿਹੜਾ ਪੈਟਰੋਲ ਪੰਪ ਹੈ ਉੱਥੋਂ 20,000 ਦੇ ਕਰੀਬ ਕੈਸ਼ ਅਤੇ ਇੱਕ ਉੱਥੇ ਜਿਹੜਾ ਕੋਈ ਕਸਟਮਰ ਤੇਲ ਪਾਉਣਾ ਸੀ ਉਹਦਾ ਮੋਬਾਈਲ ਜਿਹੜਾ ਖੋਹ ਕੇ ਉੱਥੋਂ ਜਿਹੜੇ ਫਰਾਰ ਹੋਏ ਜੀ ਉਹਨਾਂ ਦਾ ਪਿਸਤੌਲ ਹੀ ਜੀ ਦੋ ਕੰਨ 'ਤੇ ਲਾਏ ਸੀ ਅਤੇ ਇੱਕ ਗੱਲ ਦਾ ਆਈਫੋਨ ਹੋਇਆ ਉਹਨਾਂ ਨੇ ਤੇਲ ਪਾਉਣਾ ਸੀ ਲੁਟੇਰਿਆਂ ਨੇ ਹਥਿਆਰ ਦੀ ਨੋਕ 'ਤੇ ਪੈਟਰੋਲ ਪੰਪ ਨੂੰ ਬਣਾਇਆ ਨਿਸ਼ਾਨਾ ਕੀਤੀ ਲੁੱਟ ਪੈਟਰੋਲ ਪੰਪ ਦੇ ਕਰਿੰਦਿਆਂ ਮੁਤਾਬਕ 26,000 ਰੁਪਏ ਕਰੀਬ ਨਕਦੀ ਦੀ ਹੋਈ ਲੁੱਟ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਆਉਂਦੇ ਪਿੰਡ ਸੁਰ ਸਿੰਘ ਵਿਖੇ ਲੁਟੇਰਿਆਂ ਨੇ ਰਾਤ ਨੂੰ ਇੱਕ ਪੈਟਰੋਲ ਪੰਪ ਨੂੰ ਆਪਣਾ ਨਿਸ਼ਾਨਾ ਬਣਾਇਆ 5 ਲੁਟੇਰਿਆਂ ਨੇ ਪਹਿਲਾਂ ਪੈਟਰੋਲ ਪੰਪ ਤੋਂ ਮੋਟਰਸਾਈਕਲ ਦੇ ਵਿੱਚ ਤੇਲ ਪਵਾਇਆ ਬਾਅਦ ਵਿੱਚ ਹਥਿਆਰਾਂ ਦੀ ਨੋਕ ਤੇ ਪੈਟਰੋਲ ਪੰਪ ਤੇ ਮੌਜੂਦ ਕਰਿੰਦਿਆਂ ਤੋਂ 26,000 ਦੇ ਕਰੀਬ ਦੀ ਲੁੱਟ ਕੀਤੀ ਘਟਨਾ CCTV ਕੈਮਰੇ ਵਿੱਚ ਕੈਦ ਹੋਈ ਅਤੇ ਲੁਟੇਰੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਭਿੱਖੀ ਪਿੰਡ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕੀ ਗੱਲ ਹੋਈ ਹੈ ਜਿਹੜੀ ਰਾਤ ਜਿਹੜੀ ਲੁੱਟ ਦਾ ਹੋਇਆ ਜੀ ਜੀ ਪੰਪ ਤੇ ਆਏ 3-4 ਜਣੇ ਤੇ ਸਿਲੰਡਰ ਮੋਟਰਸਾਈਕਲ ਲਈ ਪਾਤੀ ਤੇ ਟੈਂਕੀ ਵਾਲੇ ਗਏ ਤੇ ਪਿਸਤੌਲ ਹੀ ਉਹਨਾਂ ਕੋਲ ਤੇ ਪੈਸੇ ਲੈ ਗਏ ਕਿੰਨੇ ਕੁ ਵਜੇ ਦਾ ਟਾਈਮ ਜੀ 10 ਕੁ ਵਜੇ ਕੀ ਆਉਂਦਿਆ ਤੁਹਾਡੇ ਤੇ ਵਾਰ ਕੀਤੇ ਜਾਂ ਕੀ ਗੱਲ ਹੋਈ ਸਾਰੀ ਆਉਂਦਾ ਤੇਲ ਪਾਇਆ ਉਹਨਾਂ ਨੂੰ ਪਹਿਲਾਂ ਤੇ ਫਿਰ ਇੱਕ ਟੈਂਕੀ ਵਾਲੇ ਤੇਲ ਪਾਇਆ ਤੇ ਮੁੜ ਕੇ ਪੈਸੇ ਲੈ ਗਏ ਕਈ ਕਾ ਮੋਟਰਸਾਈਕਲ ਗਾਂ ਚੱਲ ਗਿਆ ਤੋਂ ਪੈਸੇ ਲੈਣ ਗਏ ਤੇ ਉਹ ਐਕਟਿਵਾ ਮੁੜ ਕੇ ਪਿਸਤੌਲ ਕੱਢ ਲਿਆ ਕਿੰਨੇ ਪੈਸੇ ਦੀ ਲੁੱਟ ਹੋਈ 26,380 ਰੁਪਏ ਕੀ ਮੰਗ ਕਰਦੇ ਮੰਗ ਕੀ ਕਰਨੀ ਜੀ ਬਸ ਕੀ ਗੱਲ ਹੋਈ ਜਿਹੜੀ ਰਾਤੀ ਹੋਈ ਰਾਤੀ ਉਹ ਜਿਹੜੀ ਰਾਤੀ ਉਹ ਤੇਲ ਪਾਉਣ ਆਏ ਸਾਡੇ ਤੋਂ ਪਹਿਲਾਂ ਐਕਟਿਵਾ 'ਚ ਤੇਲ ਪਾਇਆ ਫਿਰ ਉਹਨਾਂ ਘੇਰਾ ਘੇਰਾ ਕੱਢਿਆ ਵੇਖਿਆ ਆਸਾ ਪਾਸਾ ਫਿਰ ਆਣ ਕੇ ਪਿਸਤੌਲ ਰੱਖ ਲਿਆ ਕੰਨ ਦੇ ਕਹਿੰਦਾ ਜੋ ਹੈਗਾ ਕੱਢ ਦਿਓ ਅਤੇ ਉਹਨਾਂ 'ਤੇ ਕਾਰਵਾਈ ਕੀਤੀ ਜਾਊਗੀ ਤੇ ਕਿੰਨੇ ਪੈਸੇ ਦੀ ਲੁੱਟ ਹੋਈ ਹੈ ਕਿੰਨੇ ਪੈਸੇ ਤੁਹਾਡੇ ਕੋਲ ਲੱਗੇ 380 ਰੁਪਏ ਦੀ ਲੁੱਟ ਹੋਈ ਕਿਸੇ ਨੇ ਹੋਰਦਾ ਵੀ ਕਹਿੰਦੇ ਮੋਬਾਈਲ ਵੀ ਖੋਇਆ ਹਾਂਜੀ ਇੱਕ ਉਹ ਮੁੰਡਾ ਗਾਹ ਕੀ ਉਹਦਾ ਫੋਨ ਪਿਆ ਆਈਫੋਨ ਜੀ ਸਰ ਕੱਲ੍ਹ ਜਿਹੜੇ ਸਰ ਪੈਟਰੋਲ ਪੰਪ ਦੀ ਲੁੱਟ ਹੋਈ ਹੈ ਸਰ ਕੀ ਸਾਰਾ ਮਸਲਾ ਇਹ ਜੀ ਰਾਤ 10 ਕੁ ਵਜੇ ਦੇ ਕਰੀਬ 4-5 ਵਿਅਕਤੀ ਜਿਹੜੇ ਸੀਗੇ ਅਣਪਛਾਤੇ ਦੋ ਮੋਟਰਸਾਈਕਲ 'ਤੇ ਆ ਕੇ ਉਹਨਾਂ ਪੱਧਰੀ ਪਾਸੋਂ ਦੋ ਜਿਹੜਿਆਂ ਕੋਲ ਇੱਕ ਐਕਟਿਵਾ ਜਿਹੜੀ ਖੋਹ ਕੀਤੀ ਹੈ ਉਹ ਐਕਟਿਵਾ ਦੀ ਖੋਹ ਕਰਕੇ ਪੱਧਰੀ ਤੋਂ ਫਿਰ ਆਉਂਦੇ ਹੋਏ ਉਹ ਸੁਰਸਿੰਗ ਲਾਗੇ ਜਿਹੜਾ ਪੈਟਰੋਲ ਪੰਪ ਹੈ ਉੱਥੋਂ 20,000 ਦੇ ਕਰੀਬ ਕੈਸ਼ ਅਤੇ ਇੱਕ ਉੱਥੇ ਜਿਹੜਾ ਕੋਈ ਕਸਟਮਰ ਤੇਲ ਪਾਉਣਾ ਸੀ ਉਹਦਾ ਮੋਬਾਈਲ ਜਿਹੜਾ ਖੋਹ ਕੇ ਉੱਥੋਂ ਜਿਹੜੇ ਫਰਾਰ ਹੋਏ ਨੇ ਇਹਦੇ ਵਿੱਚ ਜਿਹੜਾ ਕੈਮਰੇ ਵਗੈਰਾ ਚੈੱਕ ਕਰਕੇ ਅਸੀਂ ਜਿਹੜੀਆਂ ਫੁਟੇਜ ਵਗੈਰਾ ਉਹਦੀ ਲੈ ਰਹੇ ਹਾਂ ਅਤੇ ਜੋ ਬੰਦੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਸਰ ਕੋਈ ਪਤਾ ਲੱਗ ਸਕਦਾ ਕਿ ਕਿੱਥੋਂ ਜਾਂ ਕੌਣ ਹੈ ਇਹ ਜੀ ਕੈਮਰੇ ਜਿਹੜੇ ਉਹਨਾਂ ਦੇ CCTV ਲੱਗੇ ਨੇ ਉਹਨਾਂ ਦੀ LCD ਨਹੀਂ ਸੀ ਲੱਗੀ ਉਹ ਅਸੀਂ ਲੈ ਰਹੇ ਹਾਂ ਉਹਨਾਂ ਤੋਂ ਜਿਹੜੀਆਂ ਕਲੀਅਰ ਪਿਕਚਰਸ ਜਿਹੜੀਆਂ ਉਹਨਾਂ ਨੂੰ ਡਿਵੈਲਪ ਕਰਾ ਕੇ ਅਤੇ ਇਹ ਵੀ ਪਤਾ ਲੱਗਾ ਉੱਥੋਂ ਪੁੱਛਣ 'ਤੇ ਕਿ ਉਹਨਾਂ ਨੇ ਇੱਕ ਮੂੰਹ ਨਹੀਂ ਸੀ ਬੰਨਿਆ ਹੋਇਆ ਅਤੇ ਹੋ ਸਕਦਾ ਸਾਨੂੰ ਜਿਹੜਾ ਐਗਜੈਕਟ ਕਲੂ ਜਿਹੜਾ ਮਿਲ ਜਾਵੇ ਕਿ ਉਹਦੀ ਸ਼ਕਲਾਂ ਉਹਦੇ ਪਛਾਣ 'ਚ ਆ ਜਾਣ ਅਤੇ ਛੇਤੀ ਜਿਹੜੇ ਉਹ ਜਸ਼ੀਲੇ ਗ੍ਰਿਫਤਾਰ ਕੀਤੇ ਜਾਣ